did on my head. Did on my head. Did on my head. Ah, dekh lo sada YouTuber da haal. ਸਾਡੀ ਚੱਪਲ ਵੀ ਟੁੱਟ ਗਈ ਪਰ ਐਂ ਆ ਗੱਲ ਬਈ ਦਰਅਸਲ ਟੁੱਟੀ ਸੀ ਮੇਰੀ ਸੀ ਮੈਂ ਕਿਹਾ ਚੱਲ ਕਾਹਨੂੰ ਅਤੇ ਮੈਂ ਪਾ ਲਈ ਉਹਦੀ ਚੱਪਲ ਕਮਰਾ ਲੈਣ ਜਾ ਰਹੇ ਹਾਂ ਮਿਸਟਰ ਹੁੰਜਣ ਪਹਿਲਾਂ ਹੀ ਪਹੁੰਚ ਗਏ ਸੱਚ ਸੀ ਹਾਂ ਹੁਣ ਤੁਰ ਕੇ ਜਾ ਰਹੇ ਹਾਂ ਪਤਾ ਨਹੀਂ ਕਿੱਥੇ ਗਾ ਉਹ ਦੇਖੀ ਬਸ ਠੀਕ ਆ ਜਾਓ ਤੋਂ ਪਹੁੰਚੋ ਅਸੀਂ ਜਾਂਦੇ ਹਾਂ ਬਹੁਤ ਦੂਰ ਗੱਡੀ ਖੜੀ ਹੁੰਦੀ ਹੈ ਨਾ ਨਹੀਂ ਅਤੇ ਉਹ ਰੇ ਬਰਫੀਲੇ ਪਹਾੜ ਜਾਵਾਂਗੇ ਕੱਲ੍ਹ ਨੂੰ ਇੱਥੇ ਵੀ ਇੱਧਰ ਵੀ ਮਿਲ ਰਿਹਾ ਉਹ ਕਹਿੰਦੇ ਕਹਿੰਦੀ ਬ੍ਰੇਕ ਲੈ ਲਈਏ ਕਹਿੰਦਾ ਬਿਲਕੁਲ ਨਹੀਂ ਸਾਹ ਭਰਾਉਣ ਹੈ ਨਹੀਂ ਸਾਡੇ 'ਚ ਰੋਟੀ ਸੀ ਸਵੇਰ ਦੀ ਖਾਧੀ ਹਾਂਜੀ ਅਤੇ ਆਪਾਂ ਨੂੰ ਮਿਲ ਗਿਆ ਰੂਮਸ ਲੱਕੀਲੀ ਦੀਆ ਕੋਟੇਜਸ ਤੋਂ ਅਤੇ ਇੱਧਰ ਆਪਾਂ ਲਾ ਤੀ ਗੱਡੀ ਅਤੇ ਆ ਜਾਓ ਤੁਹਾਨੂੰ ਰੂਮ ਦਿਖਾਈਏ ਸੋ ਇਹ ਆਪਣੇ ਕੋਲ ਨੀਚੇ ਵਾਲਾ ਪੋਰਸ਼ਨ ਸਾਰਾ ਹੀ ਆ ਇੱਧਰ ਚੱਲ ਰਿਹਾ ਖਾਣਾ ਪਾਣੀ ਬਸ ਅਸੀਂ ਇਹਨਾਂ ਦੇ ਭੁੱਖਿਆਂ ਦੇ ਢਿੱਡ 'ਚ ਕੁਛ ਪਿਆ ਇਹਦੇ ਸਪੈਸ਼ਲੀ ਇੱਕ ਕਮਰਾ ਆਪਾਂ ਕੋਲ ਆ ਆ ਠੀਕ ਹੈ ਅਤੇ ਇੱਕ ਕਮਰਾ ਆਪਣੇ ਕੋਲ ਇੱਧਰ ਵਾਲਾ ਆ ਸੋ ਇਹ ਦੋ ਰੂਮ ਆਪਾਂ ਨੂੰ ਮਿਲ ਗਏ ਇੱਧਰ ਤਾਂ ਕੋਈ ਖਾਸ ਵਿਊ ਹੈ ਨਹੀਂ ਬਟ ਜਿਹੜਾ ਇਸ ਸਾਈਡ ਰੂਮ ਹੈਗਾ ਆਪਣੇ ਕੋਲ ਇਹਦੇ 'ਚ ਹੈਗਾ ਮਾਊਂਟੇਨ ਵਿਊ ਲਾਈਕ ਦਿਸ ਯੂ ਕੈਨ ਸੀ ਉਹ ਬਰਫ ਵਾਲੇ ਪਹਾੜ ਇੱਧਰ ਦਿਖਦੇ ਪਏ ਆ ਸੋ ਇੱਧਰ ਹੈਗਾ ਥੋੜ੍ਹਾ ਜਿਹਾ ਵਿਊ ਵਧੀਆ ਜੇ ਆਪਾਂ ਇੱਥੋਂ ਬਾਹਰ ਜਾਈਏ ਇਸ ਏਰੀਆ ਦੇ ਵਿੱਚ ਵੀ ਮਾਊਂਟੇਨਸ ਦਿਖਦੇ ਆ ਸੋ ਬਸ ਅਸੀਂ ਜਾ ਕੇ ਮਿਲਿਆ ਕਮਰੇ ਹਾਂਜੀ ਸੋ ਆਪਾਂ ਦੋ ਦੋ ਘੰਟੇ ਸਾਰੇ ਸੌਂ ਲਏ ਸ਼ਕਲਾਂ ਦੱਸਦੀਆਂ ਹੋਣੀਆਂ ਆਹ ਦੇਖ ਲਓ ਸੁੱਤੇ ਮੇਕਅਪ ਕਰਕੇ ਸੌਂ ਗਏ ਇਹ ਉੱਧਰ ਉਹ ਵੀ ਸੁੱਤੇ ਪਏ ਜੀਜਾ ਜੀ ਉਹਨਾਂ ਵੀ ਕਿਰਨ ਵੀ ਇੱਧਰ ਗੋਗੀ ਸਿੰਘ ਵੀ ਅਤੇ ਮੈਂ ਵੀ ਪੂਰੇ ਦੋ ਦੋ ਘੰਟੇ ਨੀਂਦ ਲਈ ਆ ਅਸੀਂ ਹੁਣ ਡਿਨਰ ਆ ਗਿਆ ਸਾਡਾ ਖਾ ਕੇ ਚੱਲੀਏ ਅੱਗੇ ਮਾਲ ਰੋਡ ਘੁੰਮ ਕੇ ਆਈਏ ਥੋੜ੍ਹੀ ਬਹੁਤੀ ਭੀੜ ਤਾਂ ਬਹੁਤ ਜ਼ਿਆਦਾ ਹੋਣੀ ਆ ਕਿਉਂਕਿ ਸ਼ਨੀਵਾਰ ਆ ਬਟ ਲੈਟਸ ਟਰਾਏ ਅਸੀਂ ਸੋਚਿਆ ਕਿ ਗੱਡੀ ਨਹੀਂ ਲੈ ਕੇ ਜਾਵਾਂਗੇ ਇੱਧਰ ਦੇਖੋ ਪਹਾੜ ਅਤੇ ਲਾਈਟਾਂ ਚੱਲਣ ਡੀਆਂ ਜੀ ਚਲੋ ਭਾਈ ਰਸ਼ ਬਹੁਤ ਰਸ਼ ਆ ਵਧੀਆ ਆਪਾਂ ਉਹ ਨਹੀਂ ਲੈ ਕੇ ਆਏ ਗੱਡੀ ਬਹੁਤ ਭੀੜ ਆ ਹੈ ਬਹੁਤ ਜ਼ਿਆਦਾ ਭੀੜ ਆ ਬਹੁਤ ਉਹਦੇ ਕਰਕੇ ਹੈ ਨਾ ਵੀਕਐਂਡ ਕਰਕੇ ਭੀੜ ਵੱਧ ਆ ਇੱਥੇ ਅੱਜ ਪਰ ਫਿਰ ਵੀ ਇੱਥੇ ਭੀੜ ਤਾਂ ਰਹਿੰਦੀ ਹੋਈ ਆ ਇੰਨੀ ਕੁ ਉਦੋਂ ਵੀ ਸੀਗੀ ਪਰ ਹੁਣ ਜ਼ਿਆਦਾ ਆ ਹਾਂ ਗਰਮੀ ਵੀ ਆ ਕੁਛ ਪਰ ਖਾ ਲਿਆ
ਡਰਦੇ ਡਰਦੇ ਖਾਂਦਾ ਮੈਂ ਕਿਉਂ ਮੈਂ ਪੇਟ ਨਾ ਖਾਣਾ ਉਹ ਬਾਂਟੀ ਦੀ ਰੀਸ ਨਹੀਂ ਕਰ ਸਕਦੇ ਕਿੱਥੇ ਆ ਇੱਥੇ ਕਦੇ ਬੈਠੇ ਹੋ ਹੈਂ ਆਹੋ ਆਪਾਂ ਟੀ ਸ਼ਰਟ ਬਣਵਾਈ ਸੀਗੀ ਤੈਨੂੰ ਠੰਡ ਲੱਗਣ ਲੱਗ ਗਈ ਓਏ ਬਈ ਗਿਰ ਮਤ ਜਾਣਾ ਓਏ ਫੜੋ ਆਈ ਤਾਂ ਬੋਤੀ ਜੀ ਲਮਕੀ ਦੀ ਵੀ ਰਹਿ ਗਈ ਬਈ ਬੋਤੀ ਸਿੱਧੀ ਕਰਦੇ ਇਹਦੀ ਐਂ ਜਮਾ ਹੀ ਨੋਕ ਤਿੱਖੀ ਹੋਣੀ ਚਾਹੀਦੀ ਆ ਫੜਦਾ ਫੜਦਾ ਬਈ ਹੁਣ ਸਿੱਧੀ ਵਾਲੀ ਗਈ ਜਲਦੀ ਆ ਲੋ ਬਈ ਸਭ ਤੋਂ ਵਧੀਆ ਮੇਰੇ ਵਾਲੀ ਆ ਤੂੰ ਵੀ ਬੋਲ ਲੈ ਕੁ ਸੁਣਨਾ ਬਾ ਤੇਰੇ ਤੇ ਇਹਨੂੰ ਬਾ ਹਾਂ ਇਹਨੂੰ ਕੋਈ ਇੱਕ ਭੁੱਖ ਲੱਗੀ ਹੋਣੀ ਇਹਨੂੰ ਇਹਨੂੰ ਵੀ ਆ ਇਹਨੇ ਸੌਣਾ ਹੋਣਾ ਬਾ ਇਹ ਘੁੰਮਣ ਥੋੜੀ ਆਇਆ ਸੌਣ ਆਇਆ ਬਹੁਤ ਜ਼ਿਆਦਾ ਪਹੁੰਚੀਏ ਥੱਲੇ ਜੇ ਨੂੰ ਖਾਈਏ ਕਮਰੇ ਚ ਜਾਈਏ ਰੀਲਾਂ ਬਣਾਈਏ ਸਵੇਰ ਦੀ ਕਰੀਏ ਤਿਆਰੀ ਸਵੇਰੇ ਵੀ ਜਾਣਾ ਅਸੀਂ ਕਿਤੇ ਇੱਕ ਹੋਰ ਜਗ੍ਹਾ ਤੇ ਚਲੋ ਮਿਲਦੇ ਆ ਥੋੜੀ ਜਿਹੀ ਅੱਗੇ ਜਾ ਸਹੀ ਗੱਲ ਆ 260 ਰੁਪਏ ਦਾ ਮਨਚੂਰੀਅਨ ਕਰਾ ਲਿਆ ਬਾਈ ਐਡਾ ਬੇਕਾਰ ਨੂਣ ਦੇ ਵਿੱਚ ਤਲਕੇ ਦਿੱਤੇ ਹੁੰਦੇ ਨੇ ਪੈਸੇ ਦਿੱਤੇ ਹੀ ਨੀ ਮੈਂ ਦੇ ਮਰ ਜਾਂਦੀਆਂ ਓਏ ਹੋਰ ਹਿਸਾਬ ਦੀਆਂ ਨੇ ਆਹ ਦੇਖੀ ਹੈਲੋ ਗਾਇਸ